ਨਮਸਕਾਰ ਖਬਰਾਂ ਦੇ ਬੁਲੇਟਿਨ ਸੇ ਤੁਹਾਡਾ ਸਵਾਗਤ ਹੈ ਮੈਂ ਹਾਂ ਕੁਸਮ ਸੋਨੀਆ ਸਭ ਤੋਂ ਪਹਿਲਾਂ ਚੁਣਵੀਆਂ ਖਬਰਾਂ ਰਾਸ਼ਟ੍ਰ ਰਾਜ ਆਪਣਾ 73ਵਾਂ ਗਣਤੰਤਰ ਦਿਵਸ ਮਨਾ ਰਿਹਾ ਹੈ ਮੁੱਖ ਸਮਾਗਮ ਨਵੀਂ ਦਿੱਲੀ ਵਿੱਚ ਹੋਇਆ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਗੋਮੀ ਝੰਡਾ ਲਹਿਰਾਇਆ ਤੇ ਸ਼ਾਨਦਾਰ ਪਰੇਡ ਤੋਂ ਸਲਾਮੀ ਲਈ ਪਰੇਡ ਵਿੱਚ ਭਾਰਤ ਦੀ ਫੌਜੀ ਤਾਕਤ ਤੇ ਅਮੀਰ ਵਿਰਸੇ ਦਾ ਪ੍ਰਦਰਸ਼ਨ ਕੀਤਾ ਗਿਆ ਪਹਿਲੀ ਵਾਰ ਰਾਜਪਥ ਤੋਂ 75 ਜਹਾਜ਼ਾਂ ਦਾ ਫਲਾਈਪਾਸਟ ਹੋਇਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੌਮੀ ਯੁੱਧ ਸਮਾਰਕ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਪੰਜਾਬ ਦੇ ਰਾਜਪਾਲ ਬਨਵਰੀ ਲਾਲ ਪੁਰੀਹਤ ਨੇ ਕਿਹਾ ਦੇਸ਼ ਵਿੱਚ ਮੂਲ ਟਾਂਚੇ ਦੇ ਵਿਕਾਸ ਤੇ ਵੱਡੇ ਪੱਧਰ ਤੇ ਕੰਮ ਹੋਇਆ ਹੈ। ਮੁਹਾਲੀ ਵਿੱਚ ਗਣਤੰਤਰ ਦਿਵਸ ਦੇ ਰਾਜਪਦਰੀ ਸਮਾਗਮ ਦੌਰਾਨ ਰਾਜਪਾਲ ਨੇ ਝੰਡਾ ਲਹਿਰਾਇਆ। ਆਤੇ ਕਾਂਗਰਸ ਫਿਰੋਂ ਪੰਜਾਬ ਵਿਧਾਨ ਸਭਾ ਚੋਣਾਂ ਲਈ 23 ਹੋਰ ਉਮੀਦਵਾਰਾਂ ਦਾ ਐਲਾਨ ਕਈ ਹਲਕਿਆਂ ਵਿੱਚ ਟਿਕਟਾਂ ਨੂੰ ਲੈ ਕੇ ਕਾਂਗਰਸ ਆਗੂਆਂ ਵਿੱਚ ਰੋਸ। ਧੁੰਨ ਖਬਰਾਂ ਵਿਸਥਾਰ ਨਾਲ ਅੱਜ ਰਾਸ਼ਟਰ ਆਪਣਾ 73ਵਾਂ ਗਣਤੰਤਰ ਦਿਵਸ ਮਨਾ ਰਿਹਾ ਹੈ। ਅੱਜ ਦੇ ਦਿਨ 1950 ਵਿੱਚ ਭਾਰਤ ਦਾ ਸੰਵਿਧਾਨ ਲਾਗੂ ਕੀਤਾ ਗਿਆ ਸੀ ਅਤੇ ਭਾਰਤ ਗਣਰਾਜ ਬਣਿਆ ਸੀ। ਇਹ ਦਿਨ ਸਾਡੀ ਸਮੂਹਿਕ ਚੇਤਨਾ ਦਾ ਦਿਨ ਵੀ ਹੈ। ਗਣਤੰਤਰ ਦਿਵਸ ਦੇ ਸਬੰਧ ਵਿੱਚ ਰਾਜਧਾਨੀ ਦਿੱਲੀ ਤੋਂ ਇਲਾਵਾ ਵੱਖ-ਵੱਖ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਵਿੱਚ ਵੀ ਸਮਾਗਮ ਕੀਤੇ ਗਏ। ਗਣਤੰਤਰ ਦਿਵਸ ਦਾ ਮੁੱਖ ਸਮਾਗਮ ਨਵੀਂ ਦਿੱਲੀ ਵਿੱਚ ਹੋਇਆ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕੌਮੀ ਝੰਡਾ ਲਹਿਰਾਇਆ। ਇਸ ਮੌਕੇ ਰਾਸ਼ਟਰੀ ਗਾਣ ਗਾਇਆ ਗਿਆ ਤੇ 21 ਤੋਪਾਂ ਦੀ ਸਲਾਮੀ ਦਿੱਤੀ ਗਈ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੇਂਦਰੀ ਮੰਤਰੀ ਤੇ ਹੋਰ ਸ਼ਖਸੀਅਤਾਂ ਮੌਜੂਦ ਸਨ ਰਾਸ਼ਟਰਪਤੀ ਨੇ ਜੰਮੂ ਕਸ਼ਮੀਰ ਪੁਲਿਸ ਦੇ ਸਹਾਇਕ ਸਬ ਇੰਸਪੈਕਟਰ ਬਾਬੂ ਰਾਮ ਨੂੰ ਮਰਨ ਉਪਰੰਤ ਅਸ਼ੋਕ ਚੱਕਰ ਨਾਲ ਸਨਮਾਨਿਤ ਕੀਤਾ ਇਹ ਸਨਮਾਨ ਸ਼ਹੀਦ ਦੀ ਪਤਨੀ ਤੇ ਉਸ ਦੇ ਸਪੁੱਤਰ ਨੇ ਰਾਸ਼ਟਰਪਤੀ ਕੋਲੋਂ ਹਾਸਲ ਕੀਤਾ ਬਾਬੂ ਰਾਮ ਨੇ 2020 ਵਿੱਚ ਸ਼੍ਰੀਨਗਰ ਵਿਖੇ ਅਤਵਾਦੀਆਂ ਵਿਰੁੱਧ ਮੁਹਿੰਮ ਦੌਰਾਨ ਤਿੰਨ ਅਤਵਾਦੀਆਂ ਨੂੰ ਮਾਰ ਦਿੱਤਾ ਸੀ ਤੇ ਖੁਦ ਬਹਾਦਰੀ ਦਾ ਪ੍ਰਦਰਸ਼ਨ ਕਰਦੇ ਹੋਏ ਸ਼ਹੀਦ ਹੋ ਗਏ ਸਨ ਰਾਸ਼ਟਰਪਤੀ ਕੋਵਿੰਦ ਨੇ ਪਰੇਡ ਤੋਂ ਸਲਾਮੀ ਲਈ ਰਾਜਪਥ ਵਿਛੋਈ ਪਰੇਡ ਵਿੱਚ ਭਾਰਤ ਦੀ ਫੌਜੀ ਤਾਕਤ ਤੇ ਦੇਸ਼ ਦੀ ਅਮੀਰ ਵਿਰਸੇ ਦਾ ਪ੍ਰਦਰਸ਼ਨ ਕੀਤਾ ਗਿਆ ਪਰੇਡ ਵਿੱਚ ਕੁੱਲ 16 ਦਸਤਿਆਂ ਨੇ ਹਿੱਸਾ ਲਿਆ ਇਹਨਾਂ ਵਿੱਚ ਸੈਨਾ ਦੇ 6 ਜਲ ਸੈਨਾ ਤੇ ਵాయు ਸੈਨਾ ਦਾ ਇੱਕ-ਇੱਕ ਕੇਂਦਰੀ ਹਥਿਆਰਬੰਦ ਪੁਲਿਸ ਬਲੰਦੇ 4 ਦਿੱਲੀ ਪੁਲਿਸ ਦਾ ਇੱਕ ਐਨਸੀਸੀ ਦੇ 2 ਅਤੇ ਐਨਐਸਐਸ ਦਾ ਇੱਕ ਦਸਤਾ ਸ਼ਾਮਲ ਸੀ ਵੱਖ-ਵੱਖ ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਮੰਤਰਾਲਿਆਂ ਅਤੇ ਵਿਭਾਗਾਂ ਦੀਆਂ 21 ਝਾਕੀਆਂ ਨੇ ਗਣਤੰਤਰ ਦਿਵਸ ਪਰੇਡ ਵਿੱਚ ਹਿੱਸਾ ਲਿਆ ਗਣਤੰਤਰ ਦਿਵਸ ਜਸ਼ਨਾਂ ਦੇ ਸੰਬੰਧ ਵਿੱਚ ਵਾਯੂ ਸੈਨਾ ਦੇ 75 ਜਹਾਜ਼ਾਂ ਤੇ ਹੈਲੀਕਾਪਟਰਾਂ ਵੱਲੋਂ ਸ਼ਾਨਦਾਰ ਫਲਾਈਪਾਸਟ ਕੀਤਾ ਗਿਆ। ਇਹਨਾਂ ਵਿੱਚ ਰਾਫੇਲ, ਸੁਖੋਈ, ਜੈਗਵਾਰ ਵਰਗੇ ਜਹਾਜ਼, ਤ੍ਰਿਸ਼ੂਲ, ਤਿਰੰਗਾ, ਵਿਜੇ ਵਰਗੇ ਹੈਲੀਕਾਪਟਰ ਸ਼ਾਮਲ ਸਨ। ਇਹਨਾਂ ਜਸ਼ਨਾਂ ਦਾ ਸਮਾਪਨ ਰਾਸ਼ਟਰੀ ਗਾਣ ਅਤੇ ਤਿਰੰਗੇ ਗੁਬਾਰਿਆਂ ਨੂੰ ਆਕਾਸ਼ ਵਿੱਚ ਛੱਡਣ ਨਾਲ ਹੋਇਆ। ਗਣਤੰਤਰ ਦਿਵਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰੀ ਯੁੱਧ ਸਮਾਰਕ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਸਮਾਰਕ ਉੱਪਰ 26000 ਤੋਂ ਵੱਧ ਸ਼ਹੀਦਾਂ ਦੇ ਨਾਂ ਦਰਜ ਨੇ ਇਸ ਮੌਕੇ ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਫੌਜ ਦੇ ਤਿੰਨੋਂ ਅੰਗਾਂ ਦੇ ਮੁਖੀ ਵੀ ਮੌਜੂਦ ਸਨ ਧਨੁਸ਼ਰਧਾਂਜਲੀ ਦੇਣ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡਿਜੀਟਲ ਵਿਜ਼ਿਟਰ ਬੁੱਕ ਵਿੱਚ ਆਪਣੀਆਂ ਭਾਵਨਾਵਾਂ ਨੂੰ ਦਰਜ ਕੀਤਾ ਪੰਜਾਬ ਦਾ ਗਣਤੰਤਰ ਦਿਵਸ ਦਾ ਰਾਜ ਪਦਰੀ ਸਮਾਗਮ ਐਸਐਸ ਨਗਰ ਮੁਹਾਲੀ ਦੇ ਸਰਕਾਰੀ ਕਾਲਜ ਵਿੱਚ ਹੋਇਆ ਪੰਜਾਬ ਦੇ ਰਾਜਪਾਲ ਬਨਵਰੀ ਲਾਲ ਪੁਰੀਹਤ ਨੇ ਕੌਮੀ ਝੰਡਾ ਲਹਿਰਾਇਆ ਤੇ ਸ਼ਾਨਦਾਰ ਪਰੇਡ ਦਾ ਮੁਆਇਨਾ ਕੀਤਾ ਉਨਾ ਪੰਜਾਬ ਪੁਲਿਸ ਚੰਡੀਗੜ੍ਹ ਪੁਲਿਸ ਉੱਤਰਾਖੰਡ ਪੁਲਿਸ ਪੀਏਪੀ ਪੁਲਿਸ ਸਿਖਲਾਈ ਕੇਂਦਰ ਜਹਾਂ ਖੇਲਾ ਤੇ ਫੌਜ ਦੇ ਐਨਸੀਸੀ ਵਿੰਗ ਦੀਆਂ ਟੁਕੜੀਆਂ ਦੀ ਸ਼ਾਨਦਾਰ ਮਾਰਚ ਪਾਸਟ ਤੋਂ ਸਲਾਮੀ ਲਈ ਅਗਲੇ ਟੁਕੜੇ ਵਿੱਚ ਪੁਲਿਸ ਰਿਗਨਿੰਗ ਸੈਂਟਰ ਜਹਾਂ ਖੇਲਾ ਸਰਵਿੰਗ ਇੰਸਪੈਕਟਰ ਜਿੰਦਰ ਸਿੰਘ ਪਲਾਟੂਨ ਕਮਾਂਡਰ ਦੇ ਰਿਵਾਜ ਵਿੱਚ ਸਵਾਮੀ ਚੋੜੇ ਦੇ ਸਲਾਮੀ ਦੇਖੱਚ ਸਵਾਮੀ ਚੋੜੇ ਨੂੰ ਸਲਾਮੀ ਦਿੰਦੇ ਹੋਏ ਆਪਣੀ ਸੰਬੋਧਨ ਵਿੱਚ ਰਾਜਪਾਲ ਨੇ ਕਿਹਾ ਕਿ ਇਸ ਸਮੇਂ ਅਸੀਂ ਭਾਰਤ ਦੀ ਆਜ਼ਾਦੀ ਦੇ 75 ਸਾਲਾਂ ਨੂੰ ਸਮਰਪਿਤ ਆਜ਼ਾਦੀ ਦਾ ਅਮ੍ਰਿਤ ਮਹੋਤਸਵ ਮਨਾ ਰਹੇ ਹਾਂ। ਉਨ੍ਹਾਂ ਕਿਹਾ ਕਿ 21ਵੀਂ ਸਦੀ ਵਿੱਚ ਦੇਸ਼ ਨੂੰ ਵਿਕਾਸ ਦੀਆਂ ਨਵੀਆਂ ਉਚਾਈਆਂ ਤੇ ਪਹੁੰਚਾਉਣ ਲਈ ਅਸੀਂ ਤੇਜ਼ੀ ਨਾਲ ਅੱਗੇ ਵਧ ਰਹੇ ਹਾਂ। ਰਾਜਪਾਲ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਅਨੇਕਾਂ ਕल्याणकारी ਸਕੀਮਾਂ ਬਣਾਈਆਂ ਅਤੇ ਦੇਸ਼ ਤੇਜ਼ੀ ਨਾਲ ਤਰੱਕੀ ਕਰ ਰਿਹਾ ਹੈ। ਕੁਰਾਣ ਨੇ ਇਸ ਸਮੇਂ ਵਿੱਚ ਦੇਸ਼ ਨੇ ਆਪਣੇ ਨਾਗਰਿਕਾਂ ਦਾ ਜੀਵਨ ਬਚਾਉਣੇ ਨੂੰ ਸਰਵੋੱਚ ਪ੍ਰਾਥਮਿਕਤਾ ਦਿੱਤੀ। कोई गरीब भूखा न रहे इसके लिए देश में गरीब कल्याण अन्न योजना शुरू की गई इस योजना का लाभ देश के 80 करोड़ लोगों को मिल रहा है इस योजना पर दो लाख साठ हजार करोड़ रुपए से अधिक खर्च हो चुके हैं कोरोना संक्रमण को देखते हुए सरकार ने इस योजना को मार्च तक के लिए बढ़ा दिया है ਰਾਜਪਾਲ ਨੇ ਕਿਹਾ ਕਿ ਦੇਸ਼ ਵਿੱਚ ਮੂਲ ਢਾਂਚੇ ਦੇ ਵਿਕਾਸ ਤੇ ਵੱਡੇ ਪੱਧਰ ਤੇ ਕੰਮ ਹੋਇਆ ਏ ਅਤੇ ਅਸੀਂ ਨਵੇਂ ਪਾਰੇ ਦੇ ਨਿਰਮਾਣ ਵੱਲ ਅੱਗੇ ਵਧ ਰਹੇ ਹਾਂ ਮੁੱਖ ਮਹਿਮਾਨ ਨੇ ਦੇਸ਼ ਦੀ ਆਜ਼ਾਦੀ ਵਿੱਚ ਪੰਜਾਬ ਦੇ ਵਿਡਮੁੱਲੇ ਯੋਗਦਾਨ ਦਾ ਉੱਚੇਚੇ ਤੌਰ ਤੇ ਜ਼ਿਕਰ ਕੀਤਾ ਉਹਨਾਂ ਨੇ ਕਿਹਾ ਕਿ ਪੰਜਾਬ ਗੁਰੂਆਂ ਦੇਸ਼ ਭਗਤਾਂ ਤੇ ਆਜ਼ਾਦੀ ਸੰਗਰਾਮੀਆਂ ਦੀ ਧਰਤੀ ਹੈ ਤੇ ਸਾਨੂੰ ਬਰਾਬਰੀ ਨਿਆਂ ਅਤੇ ਭਾਈਚਾਰਕ ਸਾਂਝ ਤੇ ਚੱਲਦਿਆਂ ਸੰਵਿਧਾਨ ਦੀ ਪਾਲਣਾ ਕਰਨੀ ਚਾਹੀਦੀ ਹੈ ਰਾਜਪਾਲ ਨੇ ਦੇਸ਼ ਵਿੱਚ ਟੀਕਾਕਰਨ ਮੁਹਿੰਮ ਦੀ ਸਫਲਤਾ ਦਾ ਉੱਚੇਚੇ ਤੌਰ ਤੇ ਜ਼ਿਕਰ ਕਰਦਿਆਂ ਸਭ ਨੂੰ ਕੋਰੋਨਾ ਰੋਕੂ ਟੀਕਾ ਲਗਵਾਉਣ ਦੀ ਅਪੀਲ ਕੀਤੀ ਇਸ ਵਾਰ ਗਣਤੰਤਰ ਦਿਵਸ ਸਮਾਗਮ ਦਾ ਆਯੋਜਨ ਕੋਵਿਡ ਪ੍ਰੋਟੋਕੋਲ ਨੂੰ ਧਿਆਨ ਵਿੱਚ ਰੱਖ ਕੇ ਕੀਤਾ ਗਿਆ ਤੇ ਇਸ ਸਮਾਗਮ ਨੂੰ ਸੀਮਿਤ ਕਰ ਦਿੱਤਾ ਗਿਆ। ਸਮਾਗਮ ਦੌਰਾਨ ਚਾਕੀਆਂ ਨਹੀਂ ਕੱਡੀਆਂ ਗਈਆਂ ਤੇ ਨਾ ਹੀ ਸਭਿਆਚਾਰਕ ਪ੍ਰੋਗਰਾਮ ਕਰਵਾਏ ਗਏ। ਜਲੰਧਰ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿੱਚ ਗਣਤੰਤਰ ਦਿਵਸ ਮੌਕੇ ਕਰਵਾਏ ਗਏ ਸਮਾਗਮ ਦੌਰਾਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੌਮੀ ਝੰਡਾ ਲਹਿਰਾਇਆ ਤੇ ਪਰੇਡ ਤੋਂ ਸਲਾਮੀ ਲਈ। ਕਹੇ ਜਾਂਦਾ ਪਤਾ ਹੈ ਉਥੇ ਮਾਜੋਬ ਮੁਹਮਮਦੀ ਸਾਹਿਬਾ ਤੇ ਵੀ ਇਹ ਅਦਾਜ਼ ਕਰਨਾ ਹੈ ਕਿ ਕੁਜ਼ੀਰਤੀ ਕਰ ਰਹੇ ਨੇ ਪੀਪੀਆਰ ਦਾ ਬੈਂਕ ਹਥਿਆਰੀ ਬੈਂਕ ਇਹਨਾਂ ਦੀ ਅਗਵਾਈ ਰੱਖ ਕੇ ਤੁਮ ਆਪ ਅਥੇ ਕੁਝ ਤੇ ਆਪ ਪੰਚੀ ਕਰ ਰਹੇ ਨੇ 26 ਜਨਵਰੀ ਗਜ਼ਟਿਡ ਛੁੱਟੀ ਹੋਣ ਕਰ ਨਾਜ ਪੰਜਾਬ ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀਆਂ ਦਾਖਲ ਨਹੀਂ ਹੋ ਸਕਣਗੀਆਂ ਪੰਜਾਬ ਅਸੈਂਬਲੀ ਚੋਣਾਂ ਲਈ ਨੋਟੀਫਿਕੇਸ਼ਨ ਜਾਰੀ ਹੋਣ ਦੇ ਨਾਲ ਹੀ ਨਾਮਜ਼ਦਗੀਆਂ ਦਾਖਲ ਕਰਨ ਦਾ سلسلہ ਕੱਲ ਤੋਂ ਸ਼ੁਰੂ ਹੋ ਗਿਆ ਹੈ ਸੂਬੇ ਦੀਆਂ ਸਾਰੀਆਂ 117 ਅਸੈਂਬਲੀ ਸੀਟਾਂ ਦੀ ਚੋਣ ਲਈ ਨੋਟੀਫਿਕੇਸ਼ਨ ਕੱਲ ਸਵੇਰੇ 11 ਵਜੇ ਜਾਰੀ ਕੀਤਾ ਗਿਆ ਸੀ ਮੁੱਖ ਚੋਣ ਅਧਿਕਾਰੀ ਡਾਕਟਰ ਐਸ ਕਰੋਣਾ ਰਾਜੂ ਨੇ ਦੱਸਿਆ ਕਿ ਪਹਿਲੇ ਦਿਨ 12 ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਨੇ ਨਾਮਜ਼ਦਗੀ ਪੱਤਰ 1 ਫਰਵਰੀ ਤੱਕ ਦਾਖਲ ਕੀਤੇ ਜਾ ਸਕਦੇ ਨੇ 2 ਫਰਵਰੀ ਨੂੰ ਉਹਨਾਂ ਦੀ ਪੜਤਾਲ ਹੋਵੇਗੀ ਅਤੇ 4 ਫਰਵਰੀ ਤੱਕ ਨਾਮਜ਼ਦਗੀ ਪੱਤਰ ਵਾਪਸ ਲਏ ਜਾ ਸਕਣਗੇ ਸੂਬੇ ਵਿੱਚ ਸਾਰੇ 117 ਅਸੈਂਬਲੀ ਹਲਕਿਆਂ ਲਈ ਇੱਕੋ ਗੇੜ ਵਿੱਚ ਪੋਲਿੰਗ 2 ਫਰਵਰੀ ਨੂੰ ਹੋਵੇਗੀ। ਕਾਂਗਰਸ ਪੰਜਾਬ ਵਿਧਾਨ ਸਭਾ ਚੋਣਾਂ ਲਈ 23 ਹੋਰ ਉਮੀਦਵਾਰਾਂ ਦੇ ਨਾਮਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਮੌਜੂਦਾ ਵਿਧਾਨਕਾਰਾਂ ਵਿੱਚੋਂ ਤਿੰਨ ਵਿਧਾਨਕਾਰਾਂ ਨੂੰ ਇਸ ਵਾਰ ਪਾਰਟੀ ਨੇ ਚੋਣ ਮੈਦਾਨ ਵਿੱਚ ਨਾ ਉਤਾਰਨ ਦਾ ਫੈਸਲਾ ਕੀਤਾ ਹੈ। ਪੋਆ ਰਾਕਮੀ ਹਲਕੇ ਤੋਂ joginder pal ਨੂੰ ਟਿਕਟ ਦਿੱਤੀ ਗਈ ਹੈ ਤੇ ਬਟਾਲਾ ਤੋਂ ਅਸ਼ਵਨੀ ਸੇਖੜੀ ਪਾਰਟੀ ਦੇ ਉਮੀਦਵਾਰ ਹੋਣਗੇ। ਬੰਗਾ ਰਿਜ਼ਰਵ ਹਲਕੇ ਤੋਂ ਤਰਲੋਚਨ ਸਿੰਘ ਸੁੰਣ ਨੂੰ ਉਮੀਦਵਾਰ ਬਣਾਇਆ ਗਿਆ ਹੈ। ਖੜੂਰ ਸਾਹਿਬ ਤੋਂ ਪਾਰਟੀ ਨੇ ਮੌਜੂਦਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਵਿੱਚ ਮੋੜ ਵਿਸ਼ਵਾਸ ਪ੍ਰਗਟਾਇਆ ਹੈ ਫਾਜ਼ਲਕਾ ਤੋਂ ਦਵਿੰਦਰ ਕੁਬਾਇਆ ਮੁਕਸਰ ਤੋਂ ਕਰਨ ਕੋਰਬਰਾੜ ਡੇਰਾ ਬਸਤੀ ਤੋਂ ਦੀਪਿੰਦਰ ਸਿੰਘ ਢਿੱਲੋਂ ਚੁਤਰਾਣਾ ਰੱਖਵੇਂ ਹਲਕੇ ਤੋਂ ਦਰਬਾਰਾ ਸਿੰਘ ਪਾਰਟੀ ਦੇ ਉਮੀਦਵਾਰ ਹੋਣਗੇ ਨਕੋਦਰ ਤੋਂ ਡਾਕਟਰ ਨਵਜੋਤ ਸਿੰਘ ਦਹੀਆ ਖਰੜ ਤੋਂ ਵਿਜੇ ਸ਼ਰਮਾ ਟਿੰਕੂ ਸਮਰਲਾ ਤੋਂ ਰਾਜਾ ਗਿੱਲ ਸਾਨੀਵਾਲ ਤੋਂ ਵਿਕਰਮ ਬਾਜਵਾ ਗਿੱਲ ਰਾਖਵੇਂ ਹਲਕੇ ਤੋਂ ਕੁਲਦੀਪ ਸਿੰਘ ਵੈਦ ਜਗਰਾਉਂ ਰਾਖਵੇਂ ਹਲਕੇ ਤੋਂ ਜਗਤਾਰ ਸਿੰਘ ਜੱਗਾ ਰੋਜ਼ਪੁਰ ਦਿਹਾਤੀ ਰਾਖਮੀ ਹਲਕੇ ਤੋਂ ਆਸ਼ੂ ਬੰਗੜ ਗੁਰੂਹਰ ਸਹਾਇ ਤੋਂ ਵਿਜੇ ਕਾਲੜਾ ਕੋਟਕਪੁਰਾ ਤੋਂ ਅਜੀਤਪਾਲ ਸਿੰਘ ਸੰਧੂ ਪਾਰਟੀ ਦੇ ਉਮੀਦਵਾਰ ਹੋਣਗੇ ਸਰਦੂਲਗੜ੍ਹ ਤੋਂ ਵਿਕਰਮ ਸਿੰਘ ਮੋਫਰ ਸੁਨਾਮ ਤੋਂ ਜਸਵਿੰਦਰ ਸਿੰਘ 蒂ਮਾਨ ਮਹਿਲਕਲਾ ਰਾਖਮੀ ਹਲਕੇ ਤੋਂ ਹਰਚੰਦ ਕੌਰ ਅਮਰਗੜ੍ਹ ਤੋਂ ਸੁਮਿਤ ਸਿੰਘ ਤੇ ਜੈਤੋ ਰਿਜ਼ਰਵ ਹਲਕੇ ਤੋਂ ਦਰਸ਼ਨ ਸਿੰਘ ਦਿਵਾਨ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ ਜਦਕਿ 8 ਸੀਟਾਂ ਤੇ ਉਮੀਦਵਾਰਾਂ ਦੀ ਚੋਣ ਦਾ ਮਾਮਲਾ ਫਸਿਆ ਹੋਇਆ ਹੈ ਕਾਂਗਰਸ ਪਾਰਟੀ ਵੱਲੋਂ ਹੁਣ ਤੱਕ ਵਿਧਾਨ ਸਭਾ ਚੋਣਾਂ ਲਈ 109 ਉਮੀਦਵਾਰਾਂ ਦਾ ਐਲਾਨ ਕੀਤਾ ਜਾ ਚੁੱਕਾ ਹੈ ਇਸ ਦੌਰਾਨ ਕਾਂਗਰਸ ਉਮੀਦਵਾਰਾਂ ਦੀ ਦੁੱਧਜੀ ਲਿਸਟੋਂ ਮਗਰੋਂ ਕਈ ਅਸੈਂਬਲੀ ਹਲਕਿਆਂ ਵਿੱਚ ਰੋਸ ਦੇਖਣ ਨੂੰ ਮਿਲਿਆ ਹੈ ਸੁਨਾਮ ਅਸੈਂਬਲੀ ਹਲਕੇ ਤੋਂ ਟਿਕਟ ਕੱਟੇ ਜਾਣ ਤੇ ਪਾਰਟੀ ਆਗੂ ਦਮਨਥਿੰਦ ਬਾਜਵਾ ਨੇ ਆਪਣੇ ਤਿੱਖੇ ਤੇਵਰ ਦਿਖਾਇਆ ਇੱਕ ਟਵੀਟ ਵਿੱਚ ਉਹਨਾਂ ਨੇ ਕਿਹਾ ਕਿ ਉਹ ਤਰਸ ਸਿਫਾਰਿਸ਼ ਦਾ ਕਿਸੇ ਦੀ ਭੈਣ ਭਤੀਜ ਹੋਣ ਦੀ ਵਜ੍ਹਾ ਨਾਲ ਇੱਥੇ ਨਹੀਂ ਪੁੱਜੇ ਨੇ ਬਲਕਿ ਮਿਹਨਤ ਅਤੇ ਕੰਮ ਸਦਕਾ ਉਹਨਾਂ ਨੂੰ ਇਹ ਮੁਕਾਮ ਮਿਲਿਆ ਹੈ ਦਮਨਥਿੰਦ ਬਾਜਵਾ ਨੇ ਕਿਹਾ ਕਿ ਕਾਂਗਰਸ ਟਿਕਟ ਤਾਂ ਖੋ ਸਕਦੀ ਹੈ ਪਰ ਸੁਨਾਮ ਨੇ ਇਸ ਤਰ੍ਹਾਂ ਸਾਨੀਵਾਲ ਤੋਂ ਸਤਵਿੰਦਰ ਬਿੱਟੀ ਤੇ ਸਮਰਾਲਾ ਤੋਂ ਮੌਜੂਦਾ ਵਿਧਾਨਕਾਰ ਅਮਰੀਕ ਢਿੱਲੋਂ ਨੇ ਟਿਕਟ ਕੱਟਣ ਦੇ ਬਾਵਜੂਦ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ ਇੱਧਰ ਫਿਰੋਜ਼ਪੁਰ ਦਿਹਾਤੀ ਅਸੈਂਬਲੀ ਹਲਕੇ ਤੋਂ ਮੌਜੂਦਾ ਵਿਧਾਨਕਾਰ ਸਤਕਾਰ ਕੌਰ ਨੇ ਟਿਕਟ ਨਾ ਮਿਲਣ ਮਗਰੋਂ ਹੁਣ ਆਪਣੀ ਹਮਾਇਤੀਆਂ ਦੀ ਮੀਟਿੰਗ ਬੁਲਾਈ ਹੈ BJP ਵੱਲੋਂ ਨਵਾਂ ਪੰਜਾਬ ਭਾਜਪਾ ਦੇ ਨਾਲ ਮੁਹਿੰਮ ਨਾਲ ਸੂਬੇ ਦੀ ਜਨਤਾ ਨੂੰ ਜੁੜਨ ਲਈ ਜਾਰੀ ਕੀਤੇ ਨੰਬਰ ਤੇ ਮਿਸਡ ਕਾਲ ਦੇ ਕੇ ਮੈਂਬਰ ਬਣਨ ਅਤੇ ਪਾਰਟੀ ਲਈ ਸੋਸ਼ਲ ਮੀਡੀਆ ਤੇ ਪ੍ਰਚਾਰ ਕਰਨ ਲਈ ਆਪਣੀ ਮਰਜ਼ੀ ਨਾਲ ਸੇਵਾਵਾਂ ਦੇਣ ਵਾਲੇ ਵਲੰਟੀਅਰਸ ਨਾਲ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਸਿੰਘ ਠਾਕੁਰ ਵੱਲੋਂ ਅੱਜ ਸ਼ਾਮ 4 ਵਜੇ ਵਰਚੁਅਲ ਮੀਟਿੰਗ ਰਾਹੀਂ ਗੱਲਬਾਤ ਕੀਤੀ ਜਾਵੇਗੀ। BJP ਦੇ IT ਤੇ ਸੋਸ਼ਲ ਮੀਡੀਆ ਸੈੱਲ ਦਿੱਲੀ ਦੇ ਮੁਖੀ ਪੁਨੀਤ ਅਗਰਵਾਲ ਬੀਜੇਪੀ ਆਈਟੀ ਸੈੱਲ ਪੰਜਾਬ ਦੇ ਕਨਵੀਨਰ ਰਾਕੇਸ਼ ਗੋਇਲ ਅਤੇ ਮੀਡੀਆ ਸਖਤਰ ਜਨਰਦਨ ਸ਼ਰਮਾ ਨੇ ਕੱਲ ਜਲੰਧਰ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਅੱਜ ਦਾ ਨੌਜਵਾਨ ਤੇ ਆਮ ਲੋਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਦੇਸ਼, ਕਿਸਾਨ ਅਤੇ ਆਮ ਲੋਕ ਪੱਖੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਦੇਸ਼ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਦੇਣ ਲਈ ਖੁਦ ਅੱਗੇ ਵਧ ਕੇ ਬੀਜੇਪੀ ਨਾਲ ਜੁੜੇ ਨੇ। ਉਨ੍ਹਾਂ ਕਿਹਾ ਕਿ ਇੰਟਰਨੈਟ ਮੀਡੀਆ ਦੇ ਇਸ ਯੁੱਗ ਵਿੱਚ ਅੱਜ ਹਰ ਵਿਅਕਤੀ ਸੋਸ਼ਲ ਮੀਡੀਆ ਰਾਹੀਂ ਇੱਕ ਦੂਜੇ ਨਾਲ ਜੁੜਿਆ ਹੈ। ਰਾਸ਼ਟਰੀ ਵਿਆਪੀ ਕੋਵਿਡ ਟਿਕਾకరణ ਮਹਿੰਮ ਤਹਿਤ ਦੇਸ਼ ਵਿੱਚ ਹੁਣ ਤੱਕ 163 ਕਰੋੜ 58 ਲੱਖ ਤੋਂ ਵੱਧ ਕੋਵਿਡ ਰੋਕੂ ਟੀਕੇ ਲਗਾਏ ਜਾ ਚੁੱਕੇ ਨੇ ਬੀਤੇ 24 ਘੰਟਿਆਂ ਦੌਰਾਨ 51 ਲੱਖ 64 ਹਜ਼ਾਰ ਹੋਰ ਟੀਕੇ ਲਗਾਏ ਗਏ ਨੇ ਸਿਹਤ ਮੰਤਰਾਲਾ ਮੁਤਾਬਕ ਪਹਿਲੀ ਖੁਰਾਕ ਵਜੋਂ 93 ਕਰੋੜ 24 ਲੱਖ ਤੋਂ ਵੱਧ ਟੀਕੇ ਲਗਾਏ ਜਾ ਚੁੱਕੇ ਨੇ ਤੇ 69 ਕਰੋੜ 31 ਲੱਖ ਤੋਂ ਵੱਧ ਲੋਕਾਂ ਨੇ ਟੀਕੇ ਦੀਆਂ ਦੋਵੇਂ ਖੁਰਾਕਾਂ ਲੈ ਲਈਆਂ ਨੇ ਦੇਸ਼ ਭਰ ਵਿੱਚ ਹੁਣ ਤੱਕ 93 ਲੱਖ 53 ਹਜ਼ਾਰ ਤੋਂ ਵੱਧ ਐਹਤਿਆਤੀ ਖੁਰਾਕਾਂ ਵੀ ਦਿੱਤੀਆਂ ਜਾ ਚੁੱਕੀਆਂ ਨੇ ਬੀਤੇ 24 ਘੰਟਿਆਂ ਦੌਰਾਨ 2,85,091 ਨਵੇਂ ਮਾਮਲੇ ਸਾਹਮਣੇ ਆਏ ਨੇ ਤੇ ਇਸ ਸਮੇਂ ਦੌਰਾਨ 2,99,073 ਲੋਕ ਕਰੋਨਾ ਤੋਂ ਮੁਕਤ ਵੀ ਹੋਏ ਨੇ। ਕਰੋਨਾ ਤੋਂ ਤੰਦਰੁਸਤੀ ਦੀ ਦਰ 93.23% ਬਣੀ ਹੋਈ ਹੈ। ਕਰੋਨਾ ਦੇ ਸੰਭਾਵਿਤ ਮਰੀਜ਼ਾਂ ਦਾ ਪਤਾ ਲਗਾਉਣ ਲਈ 72 ਕਰੋੜ ਤੋਂ ਵੱਧ ਟੈਸਟ ਕੀਤੇ ਜਾ ਚੁੱਕੇ ਹਨ। ਬੀਤੇ 24 ਘੰਟਿਆਂ ਦੌਰਾਨ ਹੀ 17,69,745 ਜਾਂਚ ਦੇ ਨਮੂਨੇ ਲਏ ਗਏ। ਇਸ ਦੌਰਾਨ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਮਨਸ਼ੁਕ ਮਾਂਡਵਿਆ ਨੇ ਸੂਬਿਆਂ ਨੂੰ ਅਮਰਜੈਂਸੀ ਫੰਡ ਨਾਲ ਸਿਹਤ ਖੇਤਰ ਨੂੰ ਮਜ਼ਬੂਤ ਕਰਨ ਅਤੇ ਟੈਲੀਮੈਡੀਸਨ ਨੂੰ ਉਤਸ਼ਾਹਿਤ ਕਰਨ ਤੇ ਜ਼ੋਰ ਦਿੱਤਾ ਹੈ। ਪੰਜਾਬ ਸਮੇਤ 9 ਸੂਬਿਆਂ ਦੇ ਸਿਹਤ ਅਧਿਕਾਰੀਆਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸਾਰੇ ਸੂਬੇ ਕੋਰੋਨਾ ਸੰਬੰਧੀ ਡਾਟਾ ਨੂੰ ਕੇਂਦਰ ਨੂੰ ਜ਼ਰੂਰ ਭੇਜਣ। ਮਨਸ਼ੁਕ ਮਾਂਡਵਿਆ ਨੇ ਸੂਬਿਆਂ ਨੂੰ ਟੈਸਟਿੰਗ ਸਮਰੱਥਾ ਵਧਾਉਣ ਤੇ ਵੀ ਜ਼ੋਰ ਦਿੱਤਾ ਅਤੇ ਕਿਹਾ ਕਿ ਆਈਸੋਲੇਸ਼ਨ ਵਿੱਚ ਰਹਿਣ ਵਾਲੇ ਮਰੀਜ਼ਾਂ ਦੀ ਸਿਹਤ ਤੇ ਨੇੜਿਓਂ ਨਿਗਰਾਨੀ ਰੱਖੀ ਜਾਵੇ। ਇਸ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਮੈਂ ਸਟੂਡੀਓ ਤੋਂ ਜਾਣ ਲੱਗੀ ਆ ਮਾਸਕ ਲਗਾ ਰਹੀ ਆ ਤੁਸੀਂ ਵੀ ਘਰ ਤੋਂ ਬਾਹਰ ਜਾਣ ਲੱਗੇ ਮਾਸਕ ਲਗਾਉਣਾ ਨਾ ਭੁੱਲੋ ਇਜਾਜ਼ਤ ਦਿਓ ਨਮਸਕਾਰ